ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਆਪਾਂ ਜਿਹੜਾ ਆਪਣਾ ਗੱਲਬਾਤ ਦਾ ਵਿਸ਼ਾ ਹੋਊਗਾ ਸੋ ਕਿਸਾਨ ਵੀਰੋ ਆਪਾਂ ਜਿਵੇਂ ਕਿ ਗੱਲਬਾਤ ਕਰਾਂਗੇ ਕਿ ਇਸ ਟਾਈਮ ਦੇ ਉੱਤੇ ਕਈ ਵਾਰੀ ਕੀ ਹੁੰਦਾ ਨਾ ਕਿਸਾਨ ਵੀਰੋ ਆਪਾਂ ਨੂੰ ਜਿਹੜੀਆਂ ਆਪਣੇ ਖੇਤ ਦੇ ਵਿੱਚ ਆਪਣੀ ਫਸਲ ਆ ਜਿਹੜੀ ਉਹ ਘਟਾਣੇ ਆ ਆਪਾਂ ਪਹਿਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਪਾਈ ਰੱਖਦੇ ਆ ਉਹ ਸਪਾਈ ਕਿਵੇਂ ਰੱਖਦੇ ਆ ਨਾਈਟ੍ਰੋਜਨ ਦੀ ਐਕਸਟਰਾ ਲੋਜ ਦੇਤੀ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਆਪਾਂ ਨੂੰ ਉਹ ਸੋ ਨਹੀਂ ਹੁੰਦੀ ਤਾਂ ਜਦੋਂ ਕਿਸਾਨ ਵੀਰੋਂ ਨਸਾਰਾ ਹੁੰਦਾ ਖਾਸ ਕਰਕੇ ਉਸ ਟਾਈਮ ਦੇ ਉੱਤੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗਦਾ ਕਿ ਇਸ ਚੀਜ਼ ਦੀ ਆਪਣੇ ਖੇਰ ਦੇ ਵਿੱਚ ਕਮੀ ਆ ਤੇ ਉਸ ਟਾਈਮ ਦੇ ਉੱਤੇ ਆਪਾਂ ਕਈ ਵਾਰੀ ਤਾਂ ਟਾਈਮ ਟੱਪ ਚੁੱਕਿਆ ਹੁੰਦਾ ਤੇ ਕਈ ਵਾਰੀ ਆਪਾਂ ਫੇਰ ਵੀ ਕੋਸ਼ਿਸ਼ ਕਰ ਸਕਦੇ ਹਾਂ ਕਿ ਉਸ ਘਾਟ ਨੂੰ ਪੂਰੀ ਕਰਨ ਦੀ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਝਾੜ ਆ ਉਹ ਚੰਗੇ ਤਰੀਕੇ ਦੇ ਨਾਲ ਲੈ ਸਕੀਏ ਸੋ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਪਾਂ ਜੇਕਰ ਚੈਨਲ ਦੇ ਨਾਲ ਜਿਹੜੇ ਕਿਸਾਨ ਵੀਰ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਦਬਾ ਲਿਓ। ਸੋ ਕਿਸਾਨ ਵੀਰੋ ਗੱਲ ਕਰਾਂਗੇ ਅੱਜ ਆਪਾਂ ਮੇਨ ਬੋਰੋਨ ਦੀ ਕਿ ਜਿਹੜੀਆਂ ਹੁਣ ਬੋਰੋਨ ਦੀਆਂ ਘਾਟਾਂ ਨੇ ਹੁਣ ਆਪਣੀਆਂ ਫਸਲਾਂ ਦੇ ਉੱਤੇ ਦਿਖਾਈ ਦੇਣ ਲੱਗੀਆਂ। ਇਹਨਾਂ ਦੇ ਕੀ ਕਾਰਨ ਨੇ ਤੇ ਕੀ ਇਹਦੀਆਂ ਨਸਾਨੀਆਂ ਨੇ? ਸਭ ਤੋਂ ਪਹਿਲਾਂ ਤਾਂ ਇਹ ਘਾਟਾਂ ਆਉਂਦੀਆਂ ਕਿਉਂ ਨੇ ਕਿਸਾਨ ਵੀਰੋ ਆਪਾਂ ਉਸ ਬਾਰੇ ਗੱਲਬਾਤ ਕਰਦੇ ਹਾਂ ਕਿ ਇਹ ਕਾਸ ਤੋਂ ਆਪਣੇ ਖੇਤ ਦੇ ਵਿੱਚ ਘਾਟ ਆਉਂਦੀ ਆ ਤੇ ਇਹਦਾ ਕੀ ਕਾਰਨ ਹੋ ਸਕਦਾ ਤੇ ਕਿਹੜੀਆਂ-ਕਿਹੜੀਆਂ ਆਪਾਂ ਤੋਂ ਕਈ ਵਾਰੀ ਆਪਾਂ ਇਹਨੂੰ ਕਿਵੇਂ ਸੁਪਾਲ ਲੈਣੇ। ਕਈ ਵਾਰੀ ਸਾਰਿਆਂ ਤੋਂ ਵੱਡਾ ਕਾਰਨ ਦਾ ਕਿਸਾਨ ਵੀਰੋ ਨਾਈਟ੍ਰੋਜਨ ਜਦੋਂ ਆਪਾਂ ਐਕਸਟਰਾ ਦਿੰਨੇ ਆ ਉਸ ਸਮੇਂ ਤੇ ਉਹ ਇੱਕ ਵਾਰੀ ਆਪਾਂ ਨੂੰ ਇਹ ਜਿਹੜੀਆਂ ਘਾਟਾਂ ਨੇ ਇਹ ਸੋ ਨਹੀਂ ਹੁੰਦੀਆਂ ਪਰ ਅਗਲੇ ਹੀ ਟਾਈਮ ਤੇ ਜਾ ਕੇ ਜਦੋਂ ਵੀ ਨਸਾਰੇ ਦਾ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਫਸਲ ਹੁਣ ਇਹ ਝੰਡਾ ਪੱਤਾ ਇਹਦੇ ਲਗਭਗ ਉੱਪਰ ਵੱਲ ਨੂੰ ਆ ਚੁੱਕੇ ਨੇ ਤੇ ਨਸਾਰਾ ਲੈਣਾ ਇਹਨੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹਦੀਆਂ ਘਾਟਾਂ ਹੁਣ ਦਿਖਾਈ ਦੇਣ ਲੱਗੀਆਂ ਸੋ ਨਾਈਟ੍ਰੋਜਨ ਨਾਲ ਪਹਿਲਾਂ ਆਪਾਂ ਕਈ ਵਾਰੀ ਦੱਬ ਲੈਂਦੇ ਆ ਘਾਟਾਂ ਤੇ ਜ਼ਿਆਦੇ ਨਾਈਟ੍ਰੋਜਨ ਦਾ ਕਾਰਨ ਹੁੰਦਾ ਜਿਕਰ ਆਪਾਂ ਕਾਰਨਾਂ ਦੀ ਗੱਲ ਕਰੀਏ ਉਸ ਤੋਂ ਬਾਅਦ ਜਿਹੜੀ ਇਹਦੀ ਦੂਸਰਾ ਕਾਰਨ ਹੁੰਦਾ ਕਿਸੇ ਵੀ ਜ਼ਮੀਨ ਦਾ ਪੀ ਐਚ ਲੈਵਲ ਆ ਜਿਹੜਾ ਉਹ ਹਾਈ ਹੋਣਾ ਤੇ ਅਗਲਾ ਕੈਲਸ਼ੀਅਮ ਆ ਜਿਹੜੀ ਉਹਦੀ ਬਹੁਤਾਤ ਹੁਣੀ ਕਹਿੰਦਾ ਪਾਪਾ ਕੈਲਸ਼ੀਅਮ ਵੱਧ ਹੋਣ ਕਾਰਨ ਵੀ ਇਹ ਹੋ ਸਕਦਾ ਤਾਂ ਇਹ ਘਟਣੇ ਜਿਹੜੀਆਂ ਹੁਣ ਇਸ ਟਾਈਮ ਤੇ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਆਪਾਂ ਇਹਨਾਂ ਦੇ ਨਾਲ ਕਿਸ ਤਰੀਕੇ ਨਾਲ ਪਹਿਲਾਂ ਤਾਂ ਆਪਾਂ ਇਹਦੀ ਪਛਾਣ ਕਿਵੇਂ ਕਰ ਸਕਦੇ ਹਾਂ ਕਿਸਾਨ ਵੀਰੋ ਜਿਹੜੀ ਇਹਦੀ ਮੇਨ ਪਛਾਣ ਆ ਜੀ ਆਪਾਂ ਉਹਦੇ ਤੇ ਗੱਲਬਾਤ ਕਰਦੇ ਆਂ ਇਹ ਜਿਹੜੀ ਨਿਸ਼ਾਨੀਆਂ ਕਿਸਾਨ ਵੀਰੋ ਆਪਾਂ ਨੂੰ ਛੰਡੇ ਪੱਤੇ ਤੋਂ ਦਿਖਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਆ ਪੱਤਾ ਦਾ। ਤੁਹਾਨੂੰ ਐ ਲੱਗੂਗਾ ਜਿਵੇਂ ਇਸ ਦੇ ਉੱਤੇ ਦੰਦ ਜੇ ਮਾਰੇ ਹੁੰਦੇ ਨੇ। ਤੁਸੀਂ ਪਲੀ ਭੰਤੀ ਇਸ ਨੂੰ ਪਛਾਣ ਕਰ ਸਕਦੇ ਹੋ ਵੀਡੀਓ ਦੇ ਵਿੱਚ ਦੇਖ ਸਕਦੇ ਆਪਣੀ ਸਕਰੀਨ ਤੇ। ਆ ਇਸ ਤਰੀਕੇ ਦੇ ਪੱਤੇ ਜੇਕਰ ਤੁਹਾਨੂੰ ਆਪਣੇ ਖੇਤ ਦੇ ਵਿੱਚ ਮਿਲਦੇ ਨੇ। ਆਸ ਸਟੇਜ ਤੇ ਜਾ ਕੇ। ਜਿਵੇਂ ਕਿ ਹੁਣ ਤੁਸੀਂ ਆ ਸਾਰੇ ਪੱਤੇ ਦੇਖ ਸਕਦੇ ਹੋ। ਆ ਇਸ ਤਰੀਕੇ ਦੇ ਤੁਹਾਨੂੰ ਦਿਖਾਈ ਦੇ ਰਹੇ ਨੇ। ਕਿ ਜਿਵੇਂ ਕਿ ਕਟਾਮ ਜੇ ਬਣੇ ਹੋਏ ਨੇਗੇ ਤਾਂ ਇਹਨੂੰ ਆਪਾਂ ਬੋਰੋਨ ਦੀ ਘਾਟ ਕਹਿ ਸਕਦੇ ਆ ਤਾਂ ਹੁਣ ਆਪਾਂ ਇਹ ਪੂਰੀ ਕਿਵੇਂ ਕਰ ਸਕਦੇ ਆ ਕਿਸਾਨ ਵੀਰੋ ਐਸ ਕਣਕ ਦੇ ਜਿਹੜੀ ਕਿ ਹੁਣ ਤੁਸੀਂ ਦੇਖ ਰਹੇ ਆ ਇਸ ਦੇ ਕੋਈ ਵੀ ਬੱਲੀ ਅਜੇ ਤੱਕ ਬਾਹਰ ਨਹੀਂ ਆਉਣੀ ਸ਼ੁਰੂ ਹੋਈ ਕਹਿਣ ਦਾ ਵਾਬ ਕਿ ਨਸਾਰਾ ਇਹਨੇ ਲੈਣਾ ਸ਼ੁਰੂ ਨਹੀਂ ਕੀਤਾ ਪਰ ਜਿਹੜੀਆਂ ਘਟਾਂ ਨੇ ਝੰਡੇ ਪੱਤੇ ਦੇ ਉੱਪਰ ਕਿਉਂਕਿ ਝੰਡਾ ਪੱਤਾ ਪਹਿਲਾਂ ਰੈਡੀ ਹੋ ਜਾਂਦਾ ਝੰਡੇ ਪੱਤੇ ਦੇ ਉੱਪਰ ਦੇਖਣੀਆਂ ਤੁਹਾਨੂੰ ਸ਼ਾਇਦ ਹੋ ਸਕਦਾ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਕਰ ਰਹੀ ਨਾ ਹੁਣ ਹ ਇੱਕ ਮਿੰਟ ਫੋਕਸ ਨਹੀਂ ਆ ਰਿਹਾ ਸ਼ਾਇਦ ਆਹ ਦੇਖ ਸਕਦੇ ਹੋ ਕਿਸਾਨ ਵੀਰੋ ਇੱਕ ਮਿੰਟ ਇਸ ਤਰੀਕੇ ਦੇ ਨਾਲ ਚਲੋ ਤੁਸੀਂ ਤੁਹਾਨੂੰ ਪਛਾਣ ਹੋ ਚੁੱਕੀ ਹੋਊਗੀ ਤਾਂ ਉਸ ਤੋਂ ਬਾਅਦ ਹੁਣ ਆਪਾਂ ਇਹਦਾ ਕਰ ਕੀ ਸਕਦੇ ਆ ਕਿਸਾਨ ਵੀਰੋ ਆਪਾਂ ਹੁਣ ਇਸ ਟਾਈਮ ਤੇ ਇਹਦੇ ਉੱਤੇ ਸਪਰੇਅ ਕਰ ਸਕਦੇ ਆ ਬਰੋਨ ਦੀ ਕਿਉਂਕਿ ਜਿਹੜੀਆਂ ਇਹ ਘਾਟਾਂ ਨੇ ਜੀਆਂ ਇਹਨੂੰ ਪੂਰੀ ਕਰਨਾ ਜ਼ਰੂਰੀ ਆ ਬਰੋਨ ਦਾ ਜਿਹੜਾ ਕੰਮ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਕਿ ਕੀ ਕੰਮ ਕਰਦੀ ਆ ਕਿਸ ਤਰੀਕੇ ਦੇ ਨਾਲ ਉਹ ਆਪਣੇ ਝਾੜ ਦੇ ਵਿੱਚ ਅੱਗੇ ਜਾ ਕੇ ਸਹਾਈ ਹੋਊਗੀ ਉਹ ਆਪਾਂ ਹੁਣ ਜਿਵੇਂ ਆਪਾਂ ਕਹਿ ਦਈਏ ਕਿ ਉਸ ਦਾ ਰਿਜ਼ਲਟ ਆ ਜਿਹੜਾ ਉਹ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਮਿਲਣਾ ਤੇ ਇਹਦੀ ਘਾਟ ਦਾ ਨੁਕਸਾਨ ਵੀ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਦਿਖਾਈ ਦੇਣਾ ਸੋ ਇਸ ਕਰਕੇ ਹੁਣ ਇਹਦੀ ਸਪਰੇ ਕਿੰਨੀ ਪਾ ਸਕਦੇ ਆ ਵੈਸੇ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਗੱਲ ਕਰ ਚੁੱਕੇ ਆ ਪਰ ਦੁਬਾਰਾ ਦੱਸ ਦਈਏ ਕਿਸਾਨ ਵੀਰੋ ਕਿ ਜੇਕਰ ਕੱਲੀ ਕਰਨੀ ਆ ਤਾਂ 100 ਤੋਂ ਪਲੱਸ ਕਰ ਸਕਦੇ ਆ ਆਪਾਂ 100 ਗ੍ਰਾਮ ਤੋਂ ਉੱਪਰ ਪਾ ਸਕਦੇ ਆ 150 ਗ੍ਰਾਮ ਤੱਕ ਪਰ ਕਿਉਂਕਿ ਹੁਣ ਕੱਲੀ ਕਰਨੀ ਨਹੀਂ ਆਪਾਂ ਨੇ ਨਾਲ 13045 ਜਾਂ 05234 ਐਡ ਕਰ ਹੀ ਲੈਣਾ ਹੁੰਦਾ ਲਗਭਗ ਕੱਲੀ ਸਪਰੇ ਕਿਸਾਨ ਵੀਰ ਕਰਦੀ ਨਹੀਂ ਤਾਂ ਇਸ ਕਰਕੇ 60 ਤੋਂ ਲਾ ਕੇ 100 ਗ੍ਰਾਮ ਤੱਕ ਡੋਜ਼ ਦੇ ਸਕਦੇ ਹੋ ਤੇ ਚੰਗੇ ਤਰੀਕੇ ਨਾਲ ਪਾਣੀ ਘੱਟ ਤੋਂ ਘੱਟ 120 ਲੀਟਰ ਪਾਣੀ ਜ਼ਰੂਰ ਲਾਉਣਾ ਤਾਂ ਇਹਦੀ ਜਿਹੜੀ ਘਾਟ ਆ ਉਹਨੂੰ ਆਪਾਂ ਪੂਰਾ ਕਰ ਸਕਦੇ ਆ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਆਪਾਂ ਅਗਲੇ ਸਾਲ ਵਾਸਤੇ ਇਹਦੀਆਂ ਜਿਹੜੀਆਂ ਘਾਟਾਂ ਨੇ ਉਹਦੋਂ ਪਹਿਲਾਂ ਤੋਂ ਪੂਰੀ ਕਰਨ ਦੀ ਕੋਸ਼ਿਸ਼ ਕਰੀਏ ਕੈਲਸ਼ੀਅਮ ਜਾਂ ਨਾਈਟ੍ਰੋਜਨ ਦੇ ਨਾਲ ਉਹਨੂੰ ਦੱਬਣ ਦੀ ਕੋਸ਼ਿਸ਼ ਨਾ ਕਰੀਏ ਪਹਿਲਾਂ ਇਹ ਸੋ ਇਸ ਕਰਕੇ ਨਹੀਂ ਹੁੰਦੀ ਕਿਸਾਨ ਵੀਰੋ ਕਈ ਵਾਰੀ ਆਪਣੀ ਨਾਈਟ੍ਰੋਜਨ ਦੀ ਪਹਿਲਾਂ ਬਹੁਤਾਤ ਹੁੰਦੀ ਆ ਉਸ ਤੋਂ ਬਾਅਦ ਸੋ ਹੋਣੀ ਆ ਸ਼ੁਰੂ ਹੁੰਦੀਆਂ ਨੇ ਸੋ ਇੰਨਾਂ ਚੀਜ਼ਾਂ ਦਾ ਵੀ ਆਪਾਂ ਧਿਆਨ ਰੱਖਿਆ ਕਰੀਏ ਸੋ ਇਹ ਸੀ ਆਪਣੀਆਂ ਬਰੋਨ ਬਾਰੇ ਕੁਝ ਨਿਸ਼ਾਨੀਆਂ ਕਿ ਕਿਹੜੀਆਂ ਨਿਸ਼ਾਨੀਆਂ ਨੇ ਤੇ ਕਿਸ ਤਰ੍ਹਾਂ ਇਹਨੂੰ ਪੂਰੀ ਕਰ ਸਕਦੇ ਆ ਤੇ ਇਹਦੇ ਕਾਰਨ ਕੀ ਨੇ ਕਿ ਆਉਂਦੀ ਘਾਟ ਉਹ ਆ ਘਟ ਇਹ ਇਸ ਕਰਕੇ ਆ ਆਪਾਂ ਇਹਨਾਂ ਨੂੰ ਹੁਣ ਪਛਾਣ ਕਰੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਝਾੜਾ ਜਿਹੜਾ ਉਹਨੂੰ ਕੁਝ ਹੱਦ ਤੱਕ ਮਤਲਬ ਕਿ ਵਧਾਉਣ ਦੇ ਵਿੱਚ ਜੇਕਰ ਘਾਟ ਪੂਰੀ ਹੁੰਦੀ ਹੈ ਤਾਂ ਆਪਾਂ ਨੂੰ ਸਹਾਇਤਾ ਹੋਊਗੀ ਸੋ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹਿਣ ਵਾਸਤੇ ਕਿਸਾਨ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ